ਅੱਜ ਮਾਨਸਾ ਸ਼ਹਿਰ ਦੇ ਵਾਸੀ ਸੁਰਿੰਦਰਪਾਲ ਆਹਲੂਵਾਲੀਆ ਨੂੰ ਕਾਂਗਰਸ ਦੀ ਹਾਈਕਮਾਂਡ ਵੱਲੋਂ ਆਲ ਇੰਡੀਆ ਕਾਂਗਰਸ ਪਾਰਟੀ ਦਾ ਜਨਰਲ ਸੈਕਟਰੀ ਲਾਉਣ ਦੀ ਖੁਸ਼ੀ ਵਿੱਚ ਮਾਨਸਾ ਵਿਖੇ ਲੱਡੂ ਵੰਡੇ ਗਏ। ਸੁਰਿੰਦਰਪਾਲ ਆਹਲੂਵਾਲੀਆ ਦੇ ਮਾਨਸਾ ਪਹੁੰਚਣ ਤੇ ਸ਼ਹਿਰ ਵਾਸੀਆਂ ਵੱਲੋਂ ਖੁਸ਼ੀ ਜ਼ਾਹਰ ਕਰਦਿਆਂ ਉਹਨਾਂ ਨੂੰ ਫੁੱਲਾਂ ਦੇ ਹਾਰ ਪਹਿਨਾ ਕੇ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਸਮੇਂ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਹਰ ਪੱਖੋਂ ਪਛੜੇ ਸ਼ਹਿਰ ਮਾਨਸਾ ਲਈ ਆਹਲੂਵਾਲੀਆ ਸਾਹਿਬ ਆਪਣੀ ਪਾਰਟੀ ਦੀ ਪੰਜਾਬ ਸਰਕਾਰ ਤੋਂ ਕੀ ਕੀ ਕੰਮ ਕਰਵਾਉਣ ਵਿੱਚ ਸਫਲ ਹੁੰਦੇ ਨੇ। ਕੈਮਰਾਮੈਨ ਦਿਲਬਾਗ ਦੇ ਨਾਲ ਦਵਿੰਦਰਪਾਲ ਬੱਬੀ, ਡੀ ਨਿਊਜ਼ ਮਾਨਸਾ। ਆਪਣੇ ਹਲਕੇ ਦੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵੀ ਪ੍ਰੈਸ ਕਰੋ।